ਹਾਈ ਕੀ ਹਾਲ ਚਾਲ ਮੇਰਾ ਨਾਮ ਪ੍ਰੀਤ ਹੈ ਤੁਸੀਂ ਇਸ ਵੇਲੇ ਦੇਖ ਰਹੇ ਹੋ ਕਨੈਕਟ ਐਫ ਐਮ ਕੈਨੇਡਾ ਦਾ YouTube ਚੈਨਲ ਐਂਡ ਤੁਹਾਨੂੰ ਤੇ ਪਤਾ ਹੈ ਕਿ ਇੱਥੇ ਮੈਂ ਤੁਹਾਡੇ ਲੈ ਕੇ ਆਈਆਂ ਦਿਲ ਖੋਲ ਕੇ ਬੋਲ ਕਹਿੰਦੇ ਨੇ ਬਹੁਤ ਘਾਟ ਆਵਾਜ਼ਾਂ ਹੁੰਦੀਆਂ ਨੇ ਗਾਇਕੀ 'ਚ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਸਿੰਗਿੰਗ ਸੂਟ ਕਰਦੀ ਹੈ ਚਾਹੇ ਉਹ ਫੋਕ ਹੋਵੇ ਚਾਹੇ ਰੋਮਾਂਟਿਕ ਹੋਵੇ ਚਾਹੇ ਸੈਡ ਗਾਣਾ ਹੋਵੇ ਐਂਡ ਇਨਰ ਦੀ ਆਵਾਜ਼ ਇਨਰ ਟੇਕ ਕੇ ਆ ਜੋਨ ਕੰਗ੍ਰੈਚੁਲੇਸ਼ਨਸ ਤੁਹਾਨੂੰ ਇੰਨੀ ਵਧੀਆ ਆਵਾਜ਼ ਮਿਲੀ ਐਂਡ ਵੈਲਕਮ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਮਿਹਰਬਾਨੀ ਤੇ ਸਭ ਤੋਂ ਪਹਿਲਾਂ ਕਨੈਕਟ ਐਫ ਐਮ ਦਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀ ਤੁਸੀਂ ਜਿੰਨੇ ਵੀ ਸਾਨੂੰ ਦੇਖਦੇ ਹੋ ਇਸ ਟਾਈਮ ਤੇ ਤੁਹਾਡੇ ਕੰਪਲੀਮੈਂਟ ਲਈ ਬਹੁਤ ਬਹੁਤ ਸ਼ੁਕਰੀਆ ਮੇਰਬਾ ਤੁਹਾਨੂੰ ਦੇਖ ਕੇ ਲੱਗ ਰਿਹਾ ਕਿ ਤੁਸੀਂ ਠੰਡਾ ਡਿਕਲੇਅਰ ਕਰਤੀਆਂ ਬੜੀ ਜਲਦੀ ਬਿਲਕੁਲ ਬਿਲਕੁਲ ਹੁਣ ਦੇਖੋ ਦਸੰਬਰ ਆਉਣ ਵਾਲਾ ਹੈ ਤੇ ਠੰਡ ਹੋ ਚੁੱਕੀ ਹੈ ਆਈ ਥਿੰਕ ਹਾਂ ਠੀਕ ਹੈ ਹੋਰ ਕਿਵੇਂ ਚੱਲ ਰਿਹਾ ਸਭ ਬਹੁਤ ਵਧੀਆ ਜੀ ਬਹੁਤ ਵਧੀਆ ਚੱਲ ਰਿਹਾ ਤੁਸੀਂ ਸੁਣਾਓ ਸਭ ਠੀਕ ਠਾਕ ਸਭ ਵਧੀਆ ਇੰਗੇਜਮੈਂਟ ਕਦੋਂ ਆ ਰਿਹਾ ਹੈ ਇੰਗੇਜਮੈਂਟ ਹਾਂ ਇੰਗੇਜਮੈਂਟ ਬਹੁਤ ਜਲਦੀ ਆ ਰਿਹਾ ਜੀ ਐਕਚੁਅਲੀ ਵੀ ਆਰ ਵੇਟਿੰਗ ਫॉर द ਆਡੀਓ ਮਾਸਟਰ ਤੇ ਉਹਦਾ ਸਾਡਾ ਆਡੀਓ ਮਾਸਟਰ ਮੇਬੀ ਅੱਜ ਆਜੇ ਕੱਲ ਆਜੇ ਤੇ ਪੋਸਟਰ ਰੈਡੀ ਪਿਆ ਆ ਤੇ ਬਸ ਉਸ ਤੋਂ ਬਾਅਦ ਉਸਤੇ ਅਫੀਸ਼ੀਅਲ ਡੇਟ ਲਿਖਣੀ ਹੈ ਤੇ ਉਹਨੂੰ ਰਿਲੀਜ਼ ਕਰ ਦੇਣਾ ਗਾਣੇ ਨੂੰ ਬਹੁਤ ਵੇਟ ਕਰ ਰਹੇ ਹਾਂ ਕਿਉਂਕਿ ਤੁਸੀਂ ਟੀਜ਼ਰਸ ਹੋਣੇ ਦੇਣ ਤੋਂ ਸ਼ੁਰੂ ਕਰ ਦਿੱਤੇ ਬਿਲਕੁਲ ਜੀ ਬਿਲਕੁਲ ਅਸੀਂ ਇੱਕ ਉਹਦੀ ਫਸਟ ਲੁੱਕ ਸ਼ੇਅਰ ਕੀਤੀ ਹੈ ਹੁਣੇ ਇੰਗੇਜਮੈਂਟ ਦੀ ਤੇ ਅਫੀਸ਼ੀਅਲ ਪੋਸਟਰ ਰੈਡੀ ਹੈ ਤੇ ਵੀਡੀਓ ਵੀ ਰੈਡੀ ਹੈ ਸਿਰਫ ਆਡੀਓ ਦੀ ਵੇਟ ਸੀ ਇੱਕ ਦੋ ਚੇਂਜਸ ਸੀ ਬੇਸਿਕਲੀ ਆਡੀਓ ਦੇ ਵਿੱਚ ਨਾ ਇਸ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਉਹ ਤੇ ਸਾਡਾ ਪਹਿਲਾਂ ਦਾ ਪਲਾਨ ਪੂਰਾ ਇਹੀ ਸੀ ਕਿ ਅਸੀਂ 30 ਨਵੰਬਰ ਤੱਕ ਗਾਣਾ ਰਿਲੀਜ਼ ਕਰਦੀ ਹੈ 26 27 28 29 ਜਿਹੜੀ ਵੀ ਡੇਟ ਹੁੰਦੀ ਹੈ ਨਾ ਤੇ ਬਟ ਮੈਨੂੰ ਹੁਣ ਇਹ ਲੱਗ ਰਿਹਾ ਕਿ ਸ਼ਾਇਦ ਉਹ 2-4 ਦਸੰਬਰ ਤੱਕ ਪਹੁੰਚ ਜਾਊਗਾ ਓਕੇ ਲੇਟ ਹੋ ਰਿਹਾ ਹੈ ਹਾਂ ਥੋੜਾ ਜਿਹਾ ਹੋ ਹੀ ਜਾਂਦਾ ਕੰਮਕਾਰਾਂ ਚ ਨਾ ਠੀਕ ਠੀਕ ਹੈ ਅੱਛਾ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਮਤਲਬ 뮤ਜ਼ਿਕ ਬੈਕਗਰਾਉਂਡ ਤੋਂ ਤੁਸੀਂ ਕਾਲਜ ਚ ਪੜ੍ਹਾਈ ਕੀਤੀ ਹੈ ਹੈ ਨਾ ਬਟ 뮤ਜ਼ਿਕ ਕੀਤਾ ਸੀ ਫਿਰ ਨਿਊਜ਼ ਐਂਕਰਿੰਗ ਵਾਲ ਕਿੱਦਾਂ ਚਲੇ ਗਏ ਬੇਸਿਕਲੀ ਮੇਰੀ ਗ੍ਰੈਜੂਏਸ਼ਨ ਵਿਦ 뮤ਜ਼ਿਕ ਫਿਰ ਉਸ ਤੋਂ ਬਾਅਦ 뮤ਜ਼ਿਕ ਦੀ ਐਮਏ ਜੀ 뮤ਜ਼ਿਕ ਵੋਕਲ ਦੀ ਤੇ ਉਸ ਤੋਂ ਬਾਅਦ 1 ਸਾਲ ਦਾ ਡਿਪਲੋਮਾ ਇਨ ਜਰਨਲਿਜ਼ਮ ਸੀ ਮੇਰਾ ਉਦੋਂ ਹਨਾ ਤੇ ਉਦੋਂ ਕੀ ਸੀ ਕਿ ਜਦੋਂ ਮੰਨ ਲਓ ਡਿਪਲੋਮਾ ਹੋਇਆ ਸਾਡੀ ਐਕਚੁਅਲੀ ਅ ਇੰਟਰਨਸ਼ਿਪ ਲੱਗੀ ਸੀ ਕਿਸੇ ਪ੍ਰਾਈਵੇਟ ਨਿਊਜ਼ ਚੈਨਲ ਦੇ ਵਿੱਚ ਹਨਾ ਉਹ ਇੰਟਰਨਸ਼ਿਪ ਲੱਗੀ 35 ਡੇਜ਼ ਦੀ ਸੀ ਤੇ ਉਹਨਾਂ ਨੇ ਉਦੋਂ জব ਆਫਰ ਕਰ ਦਿੱਤੀ ਉੱਥੇ ਸਾਨੂੰ ਹਨਾ ਤੇ ਫਿਰ ਫਿਰ ਬੰਦੇ ਨੂੰ ਕਈ ਵਾਰ ਐ ਹੋ ਜਾਂਦਾ ਵੀ ਚੱਲ ਯਾਰ ਇੱਕ ਦੋ ਸਾਲ ਦੇਖ ਲੈਨੇ ਕਰਕੇ ਹਨਾ ਵੀ ਆ ਵੀ ਜੋਬ ਵੀ ਦੇਖ ਲੈਨੇ ਕਰਕੇ ਵੀ ਕਿ ਕੋਈ ਐਡਾ ਹੋ ਨਹੀਂ ਹੈਗਾ ਨਾ ਤੇ ਇਸ ਕਰਕੇ ਉਹਨਾਂ ਨੇ ਜੋਬ ਆਫਰ ਕਰਤੀ ਫਿਰ ਮੈਂ ਉਹਨੂੰ ਜੁਆਇਨ ਕਰ ਲਿਆ ਤੇ ਬਟ ਸਿੰਗਿੰਗ ਦਾ ਤਾਂ ਫਿਰ ਕਿਉਂਕਿ ਮੇਰੀ ਸਟੱਡੀ ਸਾਰੀ 뮤직 ਦੀ ਸੀ ਤੇ ਉਹ ਸਾਰਾ ਕੁਝ ਜੋ ਕਰਨਾ ਸੀ ਆਪਾਂ ਉਹ ਸਾਰਾ ਦਿਮਾਗ 'ਚ ਹੈਗਾ ਸੀ ਤੇ ਮੈਨੂੰ ਸੀ ਵੀ ਚਲੋ ਹੌਲੀ-ਹੌਲੀ ਨਾਲੇ ਉਧਰ ਗਾਣੇ-ਗੋਣੇ ਇਕੱਠੇ ਕਰਦੇ ਆ ਨਾਲੇ ਪਲਾਨ ਕਰਦੇ ਆ ਤੇ ਬਾ ਫਿਰ ਫਾਈਨਲੀ 2015 ਦੇ ਵਿੱਚ ਇਸ ਪਾਸੇ ਆ ਗਏ ਠੀਕ ਹੈ ਕਦੇ ਕਦੇ ਮਿਸ ਕਰਦੇ ਹਾਂ ਕਿ ਯਾਰ ਜੌਬ ਜ਼ਿਆਦਾ ਵਧੀਆ 9 to 5 ਸਿੰਗਿੰਗ ਦੇ ਵਿੱਚ ਹੈ ਨਾ ਕਿ ਬਹੁਤ ਮਿਹਨਤ ਕਰਨੀ ਪੈਂਦੀ ਆ ਲਿਰਿਕਸ ਚੂਜ਼ ਕਰੋ ਹਨਾ ਸੋ 9 to 5 ਹਾਂ ਮਤਲਬ ਕਿ ਦੇਖੋ ਉਹ ਵੀ ਉਹ ਵੀ ਕੰਮ ਬਹੁਤ ਵਧੀਆ ਸੀ ਮੈਂ ਇਹ ਨਹੀਂ ਕਹਿੰਦਾ ਕਿ ਉਹਦੇ ਵਿੱਚ ਵੀ ਕਿਉਂਕਿ ਮੇਰਾ ਫੀਲਡ ਵੀ ਐਂਕਰਿੰਗ ਵਾਲਾ ਸੀ ਫੀਲਡ ਹਨਾ ਤੇ ਮੈਂ ਐਂਕਰ ਕੀਤਾ ਹੋਸਟ ਕੀਤਾ ਕਹਿ ਲਓ ਕਿ ਖਬਰਾਂ ਵੀ ਹੋਸਟ ਕੀਤੀਆਂ ਪ੍ਰੋਗਰਾਮ ਵੀ ਹੋਸਟ ਕੀਤੇ ਫਿਰ ਐਫਐਮ ਵੀ ਮੈਂ ਕੀਤਾ ਐਫਐਮ ਯਸ ਹਾਂ ਜੀ ਐਫਐਮ ਮੈਂ ਕੀਤਾ ਤੇ ਉਹ ਵੀ ਜੌਬ ਆਪਣੀ ਜਗ੍ਹਾ ਸੀ ਬਹੁਤ ਵਧੀਆ ਸੀ ਕਹਿ ਲਓ ਕਿ ਪੂਰਾ ਇੰਟਰਸਟਿੰਗ ਵਾਲਾ ਕੰਮ ਸੀ ਤੇ ਮਿਊਜ਼ਿਕਲ ਦਾ ਚਲੋ ਫਿਰ ਹੈ ਹੀ ਸ਼ੁਰੂ ਤੋਂ ਫਿਰ ਤੇ ਮੈਂ ਸ਼ੁਰੂ ਤੁਹਾਨੂੰ ਵੀ ਕਹਿ ਸਕਦੀ ਸੀ ਤੁਸੀਂ ਅੱਜ ਮੇਰਾ ਵੈਲਕਮ ਕਰ ਦੋ ਮੈਂ ਮੈਂ ਕਈ ਇੰਟਰਵਿਊਜ਼ ਕਰਦਾ ਹਾਂ ਹਾਂ ਬਿਲਕੁਲ ਬਿਲਕੁਲ ਕਈ ਇੰਟਰਵਿਊਜ਼ ਮੈਂ ਕਰਦਾ ਉਹ ਕਹਿੰਦੇ ਨੇ ਤੁਸੀਂ ਸਾਨੂੰ ਅੱਜ ਵੀ ਤੁਸੀਂ ਤੁਹਾਡੇ ਵੱਲੋਂ ਓਪਨਿੰਗ ਕਰਦੇ ਆ ਮੈਂ ਚਲੋ ਠੀਕ ਹੈ 2015 'ਚ ਤੁਸੀਂ ਇਸ ਲਾਈਨ 'ਚ ਆਏ ਸੀ ਸਿੰਗਿੰਗ ਵਾਲੇ ਸੋ ਕਿੰਨੀ ਕ ਸਟਰਗਲ ਸੀਗੀ ਨਹੀਂ ਦੇਖੋ ਸਟਰਗਲ ਤਾਂ ਕੋਈ ਵੀ ਫੀਲਡ ਆ ਮੇਰੇ ਹਿਸਾਬ ਨਾਲ ਕੋਈ ਵੀ ਜਿਹੜਾ ਕੀਤਾ ਆ ਕੋਈ ਵੀ ਫੀਲਡ ਆ ਉੱਚ ਸਟਰਗਲ ਤਾਂ ਔਰ ਸਟਰਗਲ ਮੇਰੇ ਸਾਬ ਨਾਲ ਲਾਜ਼ਮੀ ਹੋਣੀ ਚਾਹੀਦੀ ਵੀ ਹੈ ਨਾ ਜੇ ਤੁਸੀਂ ਸਟਰਗਲ ਕਰਕੇ ਅੱਗੇ ਆਉਨੇ ਹੋ ਤਾਂ ਜਿਹੜੇ ਤੁਹਾਡੇ ਪੈਰ ਆ ਉਹ ਹਮੇਸ਼ਾ ਜ਼ਮੀਨ ਤੇ ਰਹਿੰਦੇ ਆ ਤੇ ਜੇ ਤੁਸੀਂ ਮੰਨ ਲਓ ਵੀ ਤੁਹਾਨੂੰ ਵੈਸੇ ਤੁੱਕਾ ਲੱਗ ਕੇ ਤੁਹਾਡਾ ਕੰਮ ਹੋ ਗਿਆ ਤਾਂ ਫਿਰ ਬੰਦਾ ਹਵਾ ਚ ਹੋ ਜਾਂਦਾ ਫੜਾ ਹੈ ਨਾ ਇਸ ਕਰਕੇ ਸਟਰਗਲ ਉਸ ਟਾਈਮ ਵੀ ਸੀ ਬਿਲਕੁਲ ਜੀ ਕਿਉਂਕਿ ਜਦੋਂ ਮੰਨ ਲਓ ਤੁਸੀਂ ਅਸੀਂ ਨਵੇਂ ਸੀ ਇੰਡਸਟਰੀ ਲਈ ਵੀ ਇਹ ਨਹੀਂ ਸੀ ਪਤਾ ਵੀ ਕਿੱਦਾਂ ਦਾ ਗਾਣਾ ਚੂਜ਼ ਕਰੀਏ ਫਿਰ ਕਿਹੜੇ ਮਿਊਜ਼ਿਕ ਡਾਇਰੈਕਟਰ ਤੋਂ ਗਾਣੇ ਦਾ ਮਿਊਜ਼ਿਕ ਕਰਾਈਏ ਵੀਡੀਓ ਕਿੱਦਨੇ ਕਰਨੀ ਆ ਜਾਂ ਕਿਹੜੀ ਕੰਪਨੀ ਨੂੰ ਗਾਣਾ ਦਈਏ ਤੇ ਮਤਲਬ ਕਿ ਕੁਝ ਪਤਾ ਹੀ ਹੈ ਨਹੀਂ ਸੀ ਬੇਸਿਕਲੀ ਹਨਾ ਤੇ ਫਿਰ ਉਹ ਸ਼ੁਰੂਆਤੀ ਦੌਰ ਤਾਂ ਫਿਰ ਥੋੜਾ ਜਿਹਾ ਔਖਾ ਹੁੰਦੀ ਹੈ ਫਿਰ ਜਿਉਂ-ਜਿਉਂ ਥੋੜੇ ਫਿਰ ਐਕਸਪੀਰੀਅੰਸ ਹੁੰਦੇ ਆ ਤੁਹਾਨੂੰ ਪਤਾ ਲੱਗਦਾ ਹੈ ਕਿ ਅੱਛਾ ਇਦਾਂ ਕੰਮ ਇਹ ਹੋਣਾ ਹੈ ਇਦਾਂ ਦੇ ਗਾਣੇ ਆਪ ਨੂੰ ਕਰਨੇ ਚਾਹੀਦੇ ਆ ਵੀ ਥੋੜਾ ਜਨਰ ਇਦਾਂ ਦਾ ਹੈਗਾ ਵੀ ਤੁਸੀਂ ਵਧੀਆ गा ਸਕਦੇ ਹੋ ਜਾਂ ਇਦਾਂ ਦੇ ਗਾਣਿਆਂ ਨਾਲ ਤੁਹਾਨੂੰ ਕੰਮ ਮਿਲ ਸਕਦਾ ਹੈ ਹਨਾ ਤਾਂ ਫਿਰ ਉਹ ਟਾਈਮ ਪਾ ਕੇ ਉਹ ਚੀਜ਼ਾਂ ਸਾਰੀਆਂ ਬੰਦਾ ਸਿੱਖਦਾ ਹੈ ਤੇ ਕੋਈ ਇੰਟਰਸਟ ਜਦੋਂ ਤੁਸੀਂ ਦੱਸਿਆ ਕਿ ਕੁਲਵਿੰਦਰ ਪਿੱਲਾ ਹੋਣੀ ਤੁਹਾਡੇ ਨਾਲ ਅਸੀਂ ਕਿ ਹੈਨਾ ਸੇਮ ਯੂਨੀਵਰਸਿਟੀ ਸੋ ਕੌਣ ਸਭ ਤੋਂ ਸਪੋਰਟਿਵ ਰਿਹਾ ਤੁਹਾਨੂੰ ਜਾਂ ਇਹਨਾਂ ਤੋਂ ਕਦੀ ਐਡਵਾਈਸ ਲਈ ਹੋਵੇ ਨਹੀਂ ਹਾਂ ਬਿਲਕੁਲ ਜਦੋਂ ਮੈਂ ਐਕਚੁਅਲੀ ਮੇਰਾ ਕੰਟਰੈਕਟ ਹੋਇਆ ਸੀ ਸਿੰਗਲ ਟਰੈਕ ਸਟੂਡੀਓ ਨਾਲ ਐਸਐਮਆਈ ਨਾਲ ਤੇ ਉਦੋਂ ਮੈਂ ਬਾਈ ਹਰਨ ਤੋਂ ਸਾਰਾ ਪੁੱਛ ਕੇ ਕੀਤਾ ਸੀ ਉਹ ਕਹਿੰਦੇ ਸੀ ਵੀ ਵਧੀਆ ਤੂੰ ਕਰ ਲਾ ਵੀ ਵੀ ਥੋੜੀਆਂ ਜੀਆਂ ਆਪਣਾ ਆਪਣਾ ਬੰਦਾ ਰੱਖ ਲੈਂਦੇ ਗੱਲਾਂ ਵੀ ਹਾਂ ਸਾਡੇ ਇਨਿਕ ਗਾਣੇ ਤੁਸੀਂ ਕਰਨੇ ਆਂ ਵੀ ਇਸ ਤੀਕੇ ਨੂੰ ਤੁਸੀਂ ਪ੍ਰੋਮੋਸ਼ਨ ਕਰਨੀ ਹੈ ਨਾ ਤੇ ਟਾਈਮ ਬਾਈ ਟਾਈਮ ਉਹਨਾਂ ਤੋਂ ਸਾਰਿਆਂ ਤੋਂ ਗਾਈਡੈਂਸ ਆਪ ਨੂੰ ਮਿਲਦੀ ਰਹੀ ਹੈ ਤੇ ਕਹਿ ਲੋ ਕਿ ਜੇ ਕਈ ਕਈ ਵਾਰੀ ਕੰਪੋਜੀਸ਼ਨ ਦਾ ਵੀ ਕੋਈ ਹੁੰਦਾ ਹੈ ਮੰਨ ਲਓ ਮੈਂ ਬੇਲੇ ਬਾਈ ਨਾਲ ਬਹੁਤ ਅਸੀਂ ਆਪਸ ਚ ਆਲਮੋਸਟ ਡੇਲੀ ਉਹ ਇਕੱਠੀ ਹੁੰਨੇ ਆ ਆਪਸ ਸਲਾਹਾਂ ਕਰਦੇ ਹੁੰਨੇ ਆ ਵੀ ਕਿਦਾਂ ਅਭਿਆਗਾਨਾ ਕਿਵੇਂ ਬਣ ਸਕਦਾ ਹੈ ਨਾ ਸੋ ਬਹੁਤ ਹੈਲਪ ਤਾਂ ਹੁੰਦੀ ਹੈ ਜੀ ਅੱਛਾ ਉਹਨੇ ਬਹੁਤ ਸਪੋਰਟ ਕੀਤੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਤੇ ਉਸ ਤੋਂ ਇਲਾਵਾ ਕੋਈ ਹੈ ਜਿੱਦਾਂ ਅੱਜ ਕੱਲ ਤੇ ਬੜੇ ਤਰੀਕੇ ਦਾ 뮤직 ਚੱਲਦਾ ਆ ਹਨਾ ਖੜਕੇ ਧੜਕੇ ਵਾਲਾ ਵੀ ਚੱਲਦਾ ਆ ਸਭ ਤਰ੍ਹਾਂ ਦਾ 뮤직 ਚੱਲਦਾ ਤੁਸੀਂ ਵੀ ਹਰ ਤਰ੍ਹਾਂ ਦਾ 뮤직 ਕਰਦੇ ਹੋ ਹਨਾ ਬਟ ਤੁਹਾਨੂੰ ਪਰਸਨਲੀ ਕਿਦਾਂ ਦਾ 뮤직 ਸੁਣਨਾ ਪਸੰਦ ਆ ਅ ਪਰਸਨਲੀ ਤਾਂ ਦੇਖੋ ਬੇਸ ਇਹ ਕਹਿੰਦੇ ਕਿ ਟਾਈਮ ਦੇ ਹਿਸਾਬ ਨਾਲ ਦਿਨ ਦੇ ਟਾਈਮ ਦੇ ਹਿਸਾਬ ਨਾਲ ਜਾਂ ਕਹਿ ਲੋ ਕਿ ਮੂਡ ਦੇ ਹਿਸਾਬ ਨਾਲ ਹਨਾ ਤੇ ਬਾਕੀ ਮੈਨੂੰ ਨਾ ਮੈਂ ਤੁਹਾਨੂੰ ਝੂਠ ਨਹੀਂ ਮਾਰਦਾ ਮੈਨੂੰ ਪੁਰਾਣੇ ਗਾਣੇ ਬਹੁਤ ਪਸੰਦ ਆ ਪੰਜਾਬੀ ਜਿਹੜੇ ਪੁਰਾਣੇ ਗਾਣੇ ਆ ਅੱਛਾ ਜਿਵੇਂ ਮੰਨ ਲਓ ਹਰਪੰਨ ਸਿੰਘ ਮਾਮ ਬਾਈਖੋਣਾ ਦੇ ਜਿਹੜੇ ਗਾਣੇ ਆ ਹਨਾ ਤੇ ਜਸਵੀਰ ਜੱਸੀ ਹੋਗੇ ਹਨਾ ਤੇ ਸਰਦੂਲ ਸਿਕੰਦਰ ਸਾਹਿਬ ਜਿਹੜੇ ਪੁਰਾਣੇ ਆਰਟਿਸਟ ਆ ਆਪਣੇ ਹਨਾ ਜਿਹੜੇ ਕਹਿ ਲੋ ਕੇ ਚਰਨਜੀਤ ਉਹੂਜਾ ਸਾਹਿਬ ਤੋਂ ਸਿੱਖੇ ਹੋਏ ਜਾਂ ਉਹਨਾਂ ਦੇ 뮤직 ਨਾਲ ਜਿਹੜੇ ਗਾਣੇ ਬਣੇ ਹੋਏ ਆ ਨਾ ਉਹ ਉਹਨਾਂ ਨੂੰ ਮੈਂ ਕਾਫੀ ਸੁਣਦਾ ਹਾਂ ਉਹਨਾਂ ਗਾਣੇ ਨੂੰ ਮੈਂ ਬਹੁਤ ਸੁਣਦਾ ਹਾਂ ਤੇ ਅੱਜ ਕੱਲ ਰੀਕ੍ਰिएशन ਦਾ ਟਾਈਮ ਵੀ ਚੱਲ ਰਿਹਾ ਤੁਸੀਂ ਸੋਚਿਆ ਨਹੀਂ ਕਦੇ ਵੀ ਰੀਕ੍ਰੀਏਟ ਕੀਤਾ ਜਾਵੇ ਜਾਂ ਇਹਨਾਂ ਦੇ ਨਾਲ ਦੁਬਾਰਾ ਕੋਲਾਬੋਰੇਸ਼ਨ ਕੋਈ ਕੀਤੀ ਜਾਵੇ ਨਹੀਂ ਐਕਚੁਅਲੀ ਉਹ ਐ ਹੋ ਜਾਂਦਾ ਕਈ ਵਾਰੀ ਕਿਉਂਕਿ ਦੇਖੋ ਉਹ ਆਪਣੀ ਜਗ੍ਹਾ ਬਹੁਤ ਵੱਡੇ ਸਟਾਰ ਹੈਗੇ ਆ ਜਾਂ ਆਰਟਿਸਟ ਕਹੇ ਜਾਂ ਲੈਜਨ ਕਹੇ ਹਨਾ ਆਪਣੀ ਜਗ੍ਹਾ ਤੇ ਇਸ ਕਰਕੇ ਉਹਨਾਂ ਦੇ ਗਾਣਿਆਂ ਨੂੰ ਤੁਸੀਂ ਤਰੋੜ ਮਰੋੜ ਕੇ ਮੈਨੂੰ ਲੱਗਦਾ ਨਹੀਂ ਕਿ ਸਾਨੂੰ ਕਰਨਾ ਚਾਹੀਦਾ ਹੈ ਤੁਸੀਂ ਉਹਨਾਂ ਦੇ ਗਾਣੇ ਨੂੰ ਆਨੰਦ ਲਓ ਸੁਣੋ ਹਾਂ ਤੁਸੀਂ ਵੈਸੇ ਆਪਣੀ ਉਹਦੇ ਲਈ ਕਹਿ ਲੋ ਕਿ ਆਪਣੇ ਸਵਾਲ ਲਈ ਤੁਸੀਂ ਗਾ ਸਕਦੇ ਹੋ ਸਟੇਜ ਤੇ ਵੀ ਮੈਂ ਅਸੀਂ ਮੈਂ ਕਈ ਵਾਰੀ ਵਿੱਚੋਂ ਗਾਣੇ ਗਾਉਣਾ ਹੁੰਦਾ ਉਹਨਾਂ ਦੇ ਗਾਣੇ ਸਟੇਜ ਤੇ ਜਦਾਂ ਸ਼ੋਅ ਹੁੰਦੇ ਸਾਡੇ ਨਾਲ ਤੇ ਵਿੱਚੋਂ ਮੈਂ ਕਈ ਵਾਰੀ ਗਾਣੇ ਗਾ ਲੈਣਾ ਹੁੰਦਾ ਬਾਕੀ ਘਰੇ ਜਾਂ ਗੱਡੀ 'ਚ ਉਦਾਂ ਉਦਾਂ ਵਧੀਆ ਲੱਗਦਾ ਸੋ ਲੌਕਡਾਊਨ 'ਚ ਕਿੰਨਾ ਕੁ ਮਿ ਲੌਕਡਾਊਨ ਦੇ ਵਿੱਚ ਦੇਖੋ ਪਹਿਲਾਂ ਜਿਹੜੇ ਪਹਿਲੇ ਇੱਕ 2 ਮਹੀਨਾ ਸਿ ਉਹ ਤਾਂ ਨਿਕਲ ਹੀ ਨਹੀਂ ਘਰੋਂ ਬਾਹਰ ਹਨਾ ਥੋੜਾ ਜਿਹਾ ਤੁਹਾਨੂੰ ਪਤਾ ਕਿ ਡਰ ਜ਼ਿਆਦਾ ਸੀ ਹਨਾ ਔਰ ਇਹ ਵੀ ਸੀਗਾ ਨਾ ਕਿ ਮੱਸੀ ਤਾਂ ਘਰ ਰਹਿਣ ਦਾ ਮੌਕਾ ਮਿਲਿਆ ਹਨਾ ਇਹ ਵੀ ਕੁਝ ਸੀ ਕੁਝ ਐ ਸੀ ਵੀ ਡਰ ਵੀ ਸੀ ਵੀ ਹਨਾ ਵੀ ਹਰੇਕ ਚੀਜ਼ ਨੂੰ ਕਹਿੰਦੇ ਸੀ ਕਿ ਨਹੀਂ ਯਾਰ ਮਤਲਬ ਕਿ ਹਰੇਕ ਚੀਜ਼ ਸੈਨੀਟਾਈਜ਼ ਕਰੋ ਜੇ ਮੰਨ ਲਓ ਸਵੇਰੇ ਦੁੱਧ ਨਹੀਂ ਦੁੱਧ ਵੀ ਦੇਖ ਜਾਣਾ ਉਹਦੀ ਕੈਨ ਨਹੀਂ ਵੀ ਸੈਨੀਟਾਈਜ਼ ਹੁੰਦੀ ਸੀ ਹਨਾ ਤੇ ਇਸ ਕਰਕੇ ਉਦੋਂ ਤਾਂ ਨਿਕਲਣ ਟਾਈਮ ਲੱਗਿਆ ਲੇਕਿਨ ਉਸ ਤੋਂ ਬਾਅਦ ਜਿਉਂ ਜਿਉਂ ਫਿਰ ਥੋੜਾ ਜਿਹਾ ਕਹਿ ਲੋ ਕਿ ਖੁੱਲਿਆ ਮਾਹੌਲ ਹੈ ਨਾ ਥੋੜਾ ਫਿਰ ਉਸ ਤੋਂ ਬਾਅਦ ਗਾਣੇ ਬਣਾਉਣੇ ਸ਼ੁਰੂ ਕੀਤੇ ਫਿਰ ਤਾਂ ਹੀ ਹੋਣਾ ਗਾਣੇ ਲਗਾਤਾਰ ਆ ਰਹੇ ਆ ਠੀਕ ਆ ਵੈਸੇ ਜਿੱਦਾਂ ਹਰ ਇੱਕ ਸਿੰਗਰ ਦਾ ਨਾ ਕਿ ਅੱਜਕੱਲ ਤਾਂ ਹਰ ਮਹੀਨੇ ਗਾਣੇ ਆ ਰਹੇ ਆ ਸੋ ਤੁਹਾਡਾ ਕੋਈ ਫਿਕਸ ਹੁੰਦਾ ਕਿ ਜਿੱਦਾਂ ਮੈਂ ਅਗਸਟ 'ਚ ਅਗਰ ਕੋਈ ਗਾਣਾ ਰਿਲੀਜ਼ ਕੀਤਾ ਫਿਰ 2 ਮਹੀਨਿਆਂ ਬਾਅਦ ਕੋਈ ਨਹੀਂ ਏਦਾਂ ਨਹੀਂ ਹੁੰਦਾ ਕਿ ਮਤਲਬ ਕਿ ਏਦਾਂ ਦੀ ਕੋਈ ਪਲੈਨਿੰਗ ਨਹੀਂ ਕਹਿਣ ਦਾ ਮਤਲਬ ਇਹ ਹੁੰਦਾ ਕਿ ਜਦੋਂ ਗਾਣਾ ਮੰਨ ਲਓ ਬਣ ਗਿਆ ਜਦੋਂ ਰੈਡੀ ਹੋ ਗਿਆ ਕੰਟੈਂਟ ਵਧੀਆ ਰੈਡੀ ਹੋ ਗਿਆ ਤਾਂ ਤੁਸੀਂ ਉਹਨੂੰ ਰਿਲੀਜ਼ ਕਰ ਦਿਓ ਭਈ ਮਤਲਬ ਕਿ ਏਦਾਂ ਦਾ ਕੋਈ ਸੀਨ ਨਹੀਂ ਕਿ ਹਰ ਇੱਕ ਮਹੀਨੇ ਗਾਣਾ ਕਰਨਾ ਹੀ ਕਰਨਾ ਐ ਨਹੀਂ ਹ 9 ਅਕਤੂਬਰ ਨੂੰ ਗਾਣਾ ਆਇਆ ਸੀ ਹਨਾ ਤੇ ਹੁਣ ਨਵੰਬਰ ਚੱਲਦਾ ਹੈ ਲੇਕਿਨ ਇਹ ਸਾਡਾ ਪਲਾਨ ਹੈਗਾ ਸੀ ਅਕਤੂਬਰ ਚ ਗਾਣਾ ਆ ਗਿਆ ਨਵੰਬਰ ਚ ਗਾਣਾ ਹੋਰ ਦੇਣਾ ਹੈ ਹਨਾ ਸੋ ਚਲੋ ਦੀ ਫਰਸਟ ਲੁੱਕ ਅਸੀਂ ਪਾਤੀ ਹੈ ਗਾਣਾ ਰੈਡੀ ਵੀ ਹੈ ਬਸ ਡੇਟ ਨੂੰ ਫਾਈਨਲ ਕਰਕੇ ਉਹ ਨਵੰਬਰ ਨਹੀਂ ਹੋਊਗਾ ਦਸੰਬਰ ਦਾ ਪਹਿਲਾ ਵੀਕ ਹੋ ਜਾਊਗਾ 4-5 ਦਸੰਬਰ ਚੋ ਗਾਣਾ ਰਿਲੀਜ਼ ਹੋ ਜਾਣਾ ਤੇ ਕਹਿ ਲੋ ਕਿ 2 ਮਹੀਨੇ ਦਾ ਗੈਪ ਹੋ ਗਿਆ ਹਨਾ ਜਾਂ ਕਹਿ ਲੋ ਕਿ 50 ਦਿਨ ਦਾ ਗੈਪ ਹੋ ਗਿਆ ਹਨਾ ਤੇ ਇਸ ਕਰਕੇ ਮਤਲਬ ਕਿ ਉੱਡਾ ਕੋਈ ਫੰਡਾ ਨਹੀਂ ਹੈਗਾ ਕਿ ਵੀ ਐ ਇੰਨੇ ਟਾਈਮ ਬਾਅਦ ਗਾਣਾ ਕਰਨੀ ਕਰਨਾ ਆ ਕਈ ਵਾਰੀ ਕੋਈ ਚੀਜ਼ਾਂ ਬਣਾਉਣ ਨੂੰ ਟਾਈਮ ਲੱਗ ਵੀ ਜਾਂਦਾ ਹੈ ਹਨ ਕਿ ਜਦੋਂ ਸਪੋਸਟ ਸਾਡੇ ਕੋਲ ਬੜੇ ਸਾਰੇ ਲਿਰਿਕਸ ਆਉਂਦੇ ਹੋਣੇ ਨਾ ਹਰ ਬੰਦਾ ਕਹਿੰਦਾ ਹੋਣਾ ਕਿ ਮੀਰਾ ਗਾਣਾ ਮੀਰਾ ਗਾਣਾ ਕਰੋ ਸੋ ਉਹਨਾਂ ਨੂੰ ਸਿਲੈਕਸ਼ਨ ਕਰਨ ਚ ਕਦੀ ਪ੍ਰੈਸ਼ਰਾਈਜ਼ ਫੀਲ ਹੁੰਦਾ ਕਿ ਯਾਰ ਇਹ ਕਰਾਂ ਕਿ ਨਾ ਕਰਾਂ ਹਾਂ ਕਈ ਵਾਰੀ ਹੁੰਦਾ ਤਾਂ ਹੈਗਾ ਵੈਸੇ ਕਿਉਂਕਿ ਮੰਨ ਲਓ ਗਾਣੇ ਜਦੋਂ ਸਾਡੇ ਭਰਾ ਭੇਜਦੇ ਆ ਤਾਂ ਉਹਨਾਂ ਗਾਣਿਆਂ ਦੇ ਵਿੱਚੋਂ ਚੂਜ਼ ਕਰਨਾ ਕਈ ਵਾਰੀ ਔਖਾ ਹੋ ਜਾਂਦਾ ਆ ਹਾਂ ਕਈ ਵਾਰ ਇਹ ਹੋ ਜਾਂਦਾ ਵੀ ਜਦੋਂ ਤੁਸੀਂ ਇੱਕ ਚੀਜ਼ ਆਪ ਕਹਿ ਕੇ ਬਣਵਾਉਨੇ ਹੋ ਫਿਰ ਤੁਹਾਡੇ ਲਈ ਸੌਖਾ ਹੋ ਜਾਂਦਾ ਕੰਮ ਜਿੱਦਾਂ ਹੁਣ ਮੰਨ ਲਓ ਅਸੀਂ ਇੱਕ ਗਾਣਾ ਕੀਤਾ ਆ ਉਹ ਗਾਣਾ ਬਾਈ ਮੱਟ ਸ਼ੇਰਵਾਨ ਦੇ ਲਿਖਿਆ ਹੋਇਆ ਨਾ ਤੇ ਮੈਂ ਬਾਈ ਨੂੰ ਬਾਈ ਨੂੰ ਸਿਚੁਏਸ਼ਨ ਦੱਸੀ ਮੈਂ ਕਿਹਾ ਬਾਈ ਵੀ ਐਦਾਂ ਦਾ ਗਾਣਾ ਆਪਣਾ ਚਾਹੀਦਾ ਵੀ ਐਦਾਂ ਦੀ ਨੋਕ ਝੋਕ ਚਾਹੀਦੀ ਆ ਆਪਣਾ ਹਨਾ ਹਾਂ ਤੇ ਉਹ ਜਿਹੜਾ ਉਹਨਾਂ ਨੇ ਪਹਿਲੀ ਵਾਰੀ ਗਾਣਾ ਭੇਜਿਆ ਉਹ ਪਹਿਲੀ ਵਾਰੀ ਗਾਣਾ ਪਸੰਦ ਆ ਗਿਆ ਹਨਾ ਹਾਂ ਉਹ ਕਈ ਵਾਰੀ ਜਦੋਂ ਤੁਸੀਂ ਆਪ ਕੋਈ ਚੀਜ਼ ਕਹਿ ਕੇ ਕ੍ਰੀਏਟ ਕਰਾ ਲੈਂਦੇ ਹੋ ਫਿਰ ਉਹ ਚੀਜ਼ ਛੇਤੀ ਪਸੰਦ ਆ ਜਾਂਦੀ ਕਈ ਵਾਰੀ ਮੰਨ ਲਓ ਕਿ ਇਹ ਰਾਈਟਰ ਨੇ ਗਾਣੇ ਭੇਜ ਤੇ ਉਹਦੇ ਚ ਫਿਰ ਤੁਹਾਨੂੰ ਲੱਗਦਾ ਕਿ ਯਾਰ ਆਹ ਕਰੀਏ ਜਾਂ ਆਹ ਕਰੀਏ ਫਿਰ ਬਣਾ ਕੇ ਦੇਖਦੇ ਨੇ ਵੀ ਆਹ ਬਣ ਗਿਆ ਵੀ ਯਾਰ ਇਹ ਨਹੀਂ ਬਣਿਆ ਹੁਣ ਆਹ ਬਣਾ ਕੇ ਦੇਖ ਲਓ ਹਨਾ ਫਿਰ ਉੱਥੋਂ ਥੋੜਾ ਜਿਹਾ ਉਹ ਹੋ ਜਾਂਦਾ ਬਾਕੀ ਜੇ ਕਈ ਵਾਰ ਐ ਹੁੰਦਾ ਵੀ ਆਪ ਕਹਿ ਕੇ ਕੋਈ ਚੀਜ਼ ਕੰਮ ਕਰਾ ਲਈਏ ਤਾਂ ਫਿਰ ਉਹ ਥੋੜਾ ਜਿਹਾ ਜ਼ਿਆਦਾ ਸੁੱਖ ਹੋ ਜਾਂਦਾ ਚਲੋ ਮਿਊਜ਼ਿਕ ਵਾਲੇ ਨਾਲ ਤਾਂ ਹੁੰਦੀ ਰਹਿੰਦੀ ਨੋਕਚੋਕ ਕਦੇ ਇਦਾਂ ਹੋਇਆ ਕਿ ਵੀਡੀਓ ਵਾਲੇ ਨਾਲ ਵੀ ਹੋਇਆ ਵੀਡੀਓ ਡਾਇਰੈਕਟਰ ਨੂੰ ਵੀ ਕਿਹਾ ਹੋਵੇ ਕਿ ਮੈਂ ਆਹ ਸੀਨ ਨਹੀਂ ਕਰ ਸਕਦਾ ਜੋ ਮਰਜ਼ੀ ਹੋ ਜਵੇ ਨਹੀਂ ਮੈਂ ਹਾਂ ਹਮੇਸ਼ਾ ਮੇਰਾ ਇੱਕ ਉਹ ਹੁੰਦਾ ਆ ਕਿ ਮੈਂ ਕਹਾਂ ਵੀ ਯਾਰ ਇੱਕ ਤਾਂ ਥੋੜਾ ਜਿਹਾ ਆਪਾਂ ਵੀ ਉਹਦਾ ਗੁਰੇਜ਼ ਕਰਨਾ ਵੀ ਜਿਹਦਾ ਡਰਿੰਕ ਡਰੰਕ ਦਾ ਹਨਾ ਵੀ ਉਹ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਉਹ ਨਾ ਹੀ ਹੋਵੇ ਤਾਂ ਜ਼ਿਆਦਾ ਵਧੀਆ ਹੈਨਾ ਚਲੋ ਜੇ ਮੰਨ ਲਓ ਕੋਈ ਚਾਰਾ ਹੀ ਹੈ ਨਹੀਂ ਹੈ ਨਾ ਜੋ ਪ੍ਰੋਪਰ ਉਹ ਪੈ ਰਹੀ ਉਸ ਤੇ ਹੈ ਨਾ ਚਲੋ ਫਿਰ ਅਸੀਂ ਸ਼ੋਅ ਕਰਦੇ ਨਾ ਹੁੰਦਾ ਵੀ ਆ ਪਈ ਹੈ ਟੇਬਲ ਤੇ ਵੀ ਉਦਾਂ ਨਹੀਂ ਮੈਂ ਕਦੇ ਹੈਗਾ ਵੀ ਪੀਣ ਦਾ ਗੋਮੈਂ ਮੈਂ ਪੀਂਦਾ ਨਹੀਂ ਹੈ ਹਾਂ ਮੈਂ ਪੀਂਦਾ ਸੋ ਇਸ ਕਰਕੇ ਇਹ ਹੁੰਦਾ ਹੈ ਤੇ ਬਾਕੀ ਕੁਝ ਐ ਹੁੰਦਾ ਹੈ ਕਈ ਵਾਰੀ ਵੀ ਵੀ ਆਪਾਂ ਵੀਡੀਓ ਉਦਾਂ ਦਾ ਬਣਾਈਏ ਵੀ ਜਿਹੜਾ ਦੇਖਣ ਚ ਵਧੀਆ ਲੱਗੇ ਵਧੀਆ ਇੰਸਨਸ ਕਿ ਕਲਰਫੁਲ ਜਿਹਾ ਵੀਡੀਓ ਹੋਵੇ ਕੋਈ ਵੀ ਜਿਹੜਾ ਬੰਦਾ ਉਹਨੂੰ ਦੇਖੇ ਉਹਨੂੰ ਲੱਗੇ ਯਾਰ ਵਧੀਆ ਹੈਪੀ ਮੂਡ ਵਾਲਾ ਬਣਨਾ ਚਾਹੀਦਾ ਬਸ ਅੱਜਕੱਲ੍ਹ ਟ੍ਰੈਂਡ ਵੀ ਉਦਾਂ ਦਾ ਹੀ ਚੱਲ ਰਿਹਾ ਨਾ ਹੈਪੀ ਮੂਡ ਵਾਲਾ ਹਾਂ ਹਾਂਜੀ ਹਾਂ ਵੈਸੇ ਤੁਸੀਂ ਤਾਂ ਹਰ ਮੂਡ ਦੇ ਗਾਣੇ ਕੀਤੇ ਹਨਾ ਸੈਡ ਵੀ ਕੀਤੇ ਰੋਮਾਂਟਿਕ ਵੀ ਅਪ ਟੈਂਪੋ ਵੀ ਹੈ ਨਾ ਹਾਂਜੀ ਹਾਂਜੀ ਸੋ ਇਹ ਐਕਸਪੈਰੀਮੈਂਟ ਕਰਦੇ ਹਾਂ ਕਿ ਤੁਹਾਨੂੰ ਹੈ ਆਪਣੇ ਆਪ ਨੂੰ ਕਿ ਨਹੀਂ ਮੈਂ ਹਰ ਤਰ੍ਹਾਂ ਦਾ ਕਰਨਾ ਤਾਂ ਕਿ ਮੈਨੂੰ ਲੋਕੀ ਇਹ ਨਾ ਸੋਚਣ ਕਿ ਨਹੀਂ ਇਹ ਇਸ ਤਰ੍ਹਾਂ ਦੇ ਗਾਣੇ ਕਰ ਸਕਦਾ ਆ ਨਹੀਂ ਨਹੀਂ ਮਤਲਬ ਕਿ ਇਹ ਨਾ ਜਦੋਂ ਮੰਨ ਲਓ ਸੈਡ ਗਾਣੇ ਵੀ ਮੈਂ ਗੁਜਾਰਸ਼ਾ ਗਾਣਾ ਆਪਣਾ ਸੈਡ ਬਹੁਤ ਗਾਣਾ ਚੱਲਿਆ ਹੈ ਨ ਤੇ ਉਸ ਤੋਂ ਬਾਅਦ ਸੈਡ ਗਾਣਾ ਵੀ ਮੈਨੂੰ ਇਹ ਹੁੰਦਾ ਕਿ ਸਾਲ ਚ ਇੱਕ ਜਾਂ ਦੋ ਗਾਣੇ ਚਲੋ ਸੈਡ ਵੀ ਤੁਸੀਂ ਕਰੋ ਹਨਾ ਕਿਉਂਕਿ ਜਿਵੇਂ ਗੁਜਾਰਸ਼ਾ ਗਾਣਾ ਬਹੁਤ ਚੱਲਿਆ ਫਿਰ ਮੈਨੂੰ ਇਹ ਹੋ ਜਾਂਦਾ ਵੀ ਹਾਂ ਵੀ ਉਹ ਉਹਦੀ ਵੀ ਆਡੀਅנס ਹੈਗੀ ਹੈ ਨਾ ਉਹ ਚੀਜ਼ ਨੂੰ ਵੀ ਲੋਕੀ ਸੁਣਦੇ ਆ ਉਹਦੀ ਫੈਨ ਫੋਲਿੰਗ ਤੁਹਾਡੀ ਹੈਗੀ ਹੈ ਨਾ ਤੇ ਬਾਕੀ ਜਿਹੜੇ ਬੀਟ ਵਾਲੇ ਗਾਣੇ ਆ ਉਹ ਕਿਉਂਕਿ ਥੋੜਾ ਜਿਆਦਾ ਕਰਨੇ ਪੈਣਗੇ ਕਿਉਂਕਿ ਸਾਡਾ ਹੁਣ ਕੰਮ ਜਿਹੜਾ ਹੈ ਉਹ ਸ਼ੋਅਜ਼ ਵਾਲਾ ਹੁੰਦਾ ਹੈ ਨਾ ਵਿਆਹਾਂ ਦੇ ਪ੍ਰੋਗਰਾਮ ਟੂਰਨਾਮੈਂਟ ਹੋਗੇ ਇੱਕ ਵੱਡੀ ਮੇਲੇ ਬਾਹਰ ਦੇ ਟੂਰ ਹੋਗੇ ਨਾ ਉੱਥੇ ਫਿਰ ਤੁਸੀਂ ਸੈਡ ਗਾਣੇ ਨਹੀਂ ਜਿਆਦਾ ਗਾ ਸਕਦੇ ਕਿਉਂਕਿ ਜ਼ਿਆਤਰ ਲੋਕੀ ਇਹੀ ਕਹਿੰਦੇ ਨੇ ਜੇ ਤੁਸੀਂ ਸੈਡ ਗਾਣੇ ਕਰੋਗੇ ਫਿਰ ਆਹ ਵਿਆਹਾਂ ਦੇ ਪ੍ਰੋਗਰਾਮ ਨਹੀਂ ਐਗਜ਼ੈਕਟਲੀ ਉਹਦਾ ਦੇਖੋ ਉਹਦਾ ਅਸਰ ਵੀ ਹੁੰਦਾ ਹੈ ਨਾ ਅਸਰ ਪੈਂਦਾ ਉਸ ਚੀਜ਼ ਦਾ ਤੇ ਜਿੰਨੇ ਤੁਸੀਂ ਜਦੋਂ ਹੁਣ ਮੰਨ ਲਓ ਸਾਡਾ ਗਾਣਾ ਮੰਗਣੀ ਸੀ ਜੱਟ ਮਹਿਗਮਾ ਸੀ ਅਲਕੋਹਲ ਚੰਡੀਗੜ੍ਹ ਦਾ ਹਨਾ ਤਾਕੜ ਬੰਦੇ ਇਹ ਸਾਰੇ ਗਾਣੇ ਕਹਿ ਲਓ ਕਿ ਜਦੋਂ ਅਸੀਂ ਸਟੇਜ ਤੇ ਗਾਉਂਦੇ ਆ ਤਾਂ ਫਿਰ ਆਟੋਮੈਟਿਕਲੀ ਬੰਦਾ ਨੱਚਦਾ ਹਨਾ ਤਾਂ ਫਿਰ ਉਹ ਸੁਆਦ ਆਉਂਦਾ ਹੈ ਤੇ ਇੱਕ ਅੱਧਾ ਗਾਣਾ ਸਾਡੇ ਜਿਹੜੇ ਦੇਖ ਰਿਹਾ ਵਿਊਰਸ ਉਹਨਾਂ ਲਈ ਵੀ ਬਿਲਕੁਲ ਜੀ ਬਿਲਕੁਲ ਮੈਂ ਹੁਣੇ ਜਿਹੜਾ ਸਾਡਾ ਗਾਣਾ ਤਾਕੜ ਬੰਦੇ ਆਇਆ ਸੀ ਗੁਰਲੀ ਸੁਣਾਣਾ ਹਾਂਜੀ ਗੁਰਲੀ ਸੁਣਾਣਾ ਬਿਲਕੁਲ ਜੀ ਬਿਲਕੁਲ ਹੂੰ ਹੋ ਪੱਟੂ ਸ਼ੌਂਕੀ ਕਰਦੀ ਗੱਡੀ ਦੇ ਸਿਰਕੇਸ ਬੋਲਦੇ 26 ਦੇ ਆ ਮੂਰੇ ਮੂਰੇ ਵੈਰੀ ਨੇ ਮੰਮੇ ਮਗਰ ਨੇ ਜੱਟ ਦੀ ਗੱਡੀ ਦੇ ਹੋ ਪੈਗ ਲਾਉਣ ਵੇਲੇ ਕਦਮਣਦੇ ਨਹੀਂ ਕਦੇ ਵਾਦੇ ਘਾ ਟੇਗਣਦੇ ਨਹੀਂ ਫੁਕੇ ਰੌਂਦ ਚੈਂਬਰ ਹੀ ਚਣਦੇ ਨਹੀਂ ਬਾਲੇ ਦਿਲ ਦੇ ਫਕਰ ਨੇ ਹੋਫੁੱਲ ਸ਼ੱਕ ਦੇ ਕਾਲਾ ਮਾਲ ਕੁੜੇ ਸਾਡੀ ਯਾਰੀ ਜਨਾ ਨਾਲ ਕੁੜੇਓ ਬੰਦੇ ਜੱਟੀਏ ਥੱਕੜਨੇ ਹੋ ਤੂੰ ਵੀ ਲੋਫਰਿਓ ਵੀ ਪਤੰਦਰ ਵੇ 6 ਮਹੀਨੇ ਬਾਰੇ 6 ਅੰਦਰ ਵੇ ਤੇਰੀ ਨਿਤ ਦੀ ਪੇਸ਼ੀ ਪੈਂਦੀ ਆ ਕਦੇ ਮੋਹਾਲੀ ਕਦੇ ਜਲੰਧਰ ਵੇ ਹੋ ਵੀ ਕੀ ਥਾਲੀ ਵਾਲਾ ਤੇਰੇ ਤੇ ਮਰਦੀ ਹਾਂ ਤੇਰੇ ਕਾਂਡ ਨਿਊਜ਼ ਚ ਪੜਦੀਆਂ ਪਰ ਚੱਲਦੀ ਪੇਸ਼ ਨਾ ਕੋਹੀ ਦੇ ਉਹ ਵੀ ਇਕੱਕੇ ਫਿਰਦੇ ਸਾਰੇ ਦੇ ਫੇਰ ਡੱਕ ਕੇ ਰਾਤ ਤੈ ਮਾਰੇ ਵੇ ਅਜ ਪਰਸੋਂ ਜ਼ਮਾਨਤ ਹੋਈ ਵੇ ਵਾਹ 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 ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਤੇ ਇਹ ਕੋਲੈਬੋਰੇਸ਼ਨ ਕਿੱਦਾਂ ਹੋਈ ਤੁਸੀਂ ਗੁਰਲੇਸ ਨੂੰ ਕਿੱਦਾਂ ਬਣਾਇਆ ਨਹੀਂ ਐਕਚੁਅਲੀ ਉਹਨਾਂ ਦਾ ਕੰਮ ਹੀ ਇਹ ਮਨਾਉਣ ਦੀ ਲੋੜ ਹੀ ਨਹੀਂ ਉਹਨਾਂ ਦਾ ਕੰਮ ਹੀ ਹੈ ਗਾਉਣਾ ਮਤਲਬ ਕਿ ਗਾਣਾ ਹੀ ਸਾਡਾ ਨਾ ਜਦੋਂ ਇਹ ਭੇਜਿਆ ਸੀ ਵਿੱਕੀ ਧਾਲੀ ਵਾਲ ਬਾਈ ਦਾ ਗਾਣਾ ਲਿਖਿਆ ਹੋਇਆ ਹੈ ਤੇ ਗਾਣੇ ਦੀ ਅਸੀਂ ਕੰਪੋਜ਼ ਬਣਾਈ ਤੇ ਸਾਡੇ ਬਾਹਰ ਮਿੱਤਰ ਹੈਗੇ ਆਸਟ੍ਰੇਲੀਆ ਤੋਂ ਪਰਮ ਬਾਈ ਹੋਣੀ ਬਾਈ ਹੁਣਾਂ ਨੇ ਆਪਣੀ ਕੰਪਨੀ ਲਾਈ ਹੈ ਨਾ ਟਰੂ ਬਲੂ 뮤직 ਤੇ ਬਾਈ ਜਿਹੜਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀਰ ਆਪਾਂ ਤੁਹਾਡਾ ਗਾਣਾ ਕਰਨਾ ਵੀ ਡਿਊਟ ਗਾਣਾ ਕਰਨਾ ਹੈ ਤੇ ਮੈਂ ਕਿਹਾ ਬਾਈ ਇੱਕ ਗਾਣਾ ਮੇਰੇ ਕੋਲ ਆਇਆ ਹੋਇਆ ਆ ਉਹਦੀ ਮੈਂ ਕੰਪੋਜ਼ ਹਜੇ ਸਿਰਫ ਹਰਮੋਨੀਅਮ ਤੇ ਬਣਾਈ ਹੋਈ ਆ ਤੁਸੀਂ ਸੁਣ ਕੇ ਦੇਖ ਲਓ ਜੇ ਤੁਹਾਨੂੰ ਚੰਗਾ ਲੱਗਦਾ ਫਿਰ ਆਪਾਂ ਇਹ ਕਰ ਲਾਂਗੇ ਨਹੀਂ ਫਿਰ ਹੋਰ ਕਰ ਲਾਂਗੇ ਤੇ ਜਦੋਂ ਮੈਂ ਇਹਨਾਂ ਨੂੰ ਗਾਣਾ ਭੇਜਿਆ ਉਹ ਕਹਿੰਦੇ ਵੀ ਗਾਣਾ ਓਕੇ ਆ ਵੀ ਡਾਨਾ ਤੁਸੀਂ ਵੀ ਡਨ ਕਰੋ ਬਸ ਫਿਰ ਗੁਰਲੇਜ ਮੈਂ ਨੂੰ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਤੋਂ ਗਾਣਾ ਡੱਬ ਕਰਾਇਆ ਤੇ ਫਿਰ ਆਪਣਾ ਵਾਲਾ ਪਾਰਟ ਡੱਬ ਕੀਤਾ ਫਿਰ ਵੀਡੀਓ ਬਣਾਈ ਤੇ ਬਸ ਫਿਰ ਗਾਣਾ ਠੀਕ ਹੈ ਗਾਣਾ ਬਹੁਤ ਸੋਹਣਾ ਆ ਐਕਚੁਅਲੀ ਬਹੁਤ ਜ਼ਿਆਦਾ ਕਲਰਫੁਲ ਗਾਣਾ ਆ ਹਾਂਜੀ ਹਾਂ ਨਹੀਂ ਵਧੀਆ ਗਾਣਾ ਔਰ ਗਾਣਾ ਬਹੁਤ ਸੋਹਣਾ ਵੀ ਰਿਹਾ ਉਹਦੇ ਚ ਇੱਕ ਲਾਈਨ ਆ ਕਿ ਉਹ ਆ ਕਹਿੰਦਾ ਹੋ ਜੱਟਾ ਪਿੰਡ ਰਸੌਲੀ ਗੇੜੇ ਨਿਤ ਕੰਨ ਗੋਮਾਰੇ ਵੇ ਪੁੱਤ ਜੱਟਾਂ ਦੇ ਖੇਤੀ ਕਰਦੇ ਤੇ ਹੌਲੈਂਡ ਨੇ ਵਾਲੇ ਦੇ ਹੋ ਬੈਕ ਤੇ ਬੂਫਰ ਰੱਖਿਆ ਪੈਗ ਚੱਲਦੇ ਸ਼ਾਮੀ ਪੱਕੇ ਆ ਮਹੀਨਾ ਜੇਠ ਦਾ ਹੋਵੇ ਪਾਵੇਂ ਪੋਦਾਵੇ ਹੋ ਪਹਿਲਾਂ ਲੱਗ ਕੇ ਹਟ ਗਈ 26 ਦੇ ਤੜੇ ਦੋ ਤੇ ਲਾਗ ਡਾਟ ਵੱਡੀ ਵੇ ਹੁਣ ਖਤਰਾ 300 ਦੋ ਦਾ ਹੋਵੇ ਵਾਹ ਇਹ ਇਹ ਲਾਈਨ ਬਹੁਤ ਚੱਲਦੀ ਮਤਲਬ ਕਿ ਜੀ ਕਹ ਲੋ ਕਿ ਇਹਦੀਆਂ ਇੰਨੀਆਂ ਵੀਡੀਓਜ਼ ਬਣੀਆਂ ਇੰਨੇ ਇੰਸਟਾਗ੍ਰam ਤੇ ਰੀਲਸ 3 4000 5000 ਬਣੀ ਪਰੀ ਲਈ ਦੀ ਇਕਲੀ ਇੱਕ ਲਾਈਨ ਦੀ ਹਾਂ ਕਦੀ ਕੋਈ ਇਦਾਂ ਦਾ ਵੀ ਮਿਲਿਆ ਜਿੰਨੇ ਕਿਹਾ ਹੋ ਕਿ ਵੀਰੇ ਯਾਰ ਤੁਸੀਂ ਤਾਂ ਸਾਰੇ ਜੱਟਾਂ ਲਈ ਗਾਣੇ ਕੱਢਦੇ ਰਹਿੰਦੇ ਆ ਸਾਡੇ ਲਈ ਵੀ ਕੱਢਿਆ ਕਰੋ ਨਹੀਂ ਹੁੰਦਾ ਇਦਾਂ ਵੈਸੇ ਕਈ ਵਾਰੀ ਮੈਸੇਜ ਵੀ ਆਉਂਦੇ ਆ ਕਈ ਵਾਰੀ ਉਦਾਂ ਵੀ ਕੋਈ ਭਰਾ ਮਲੇ ਦਾ ਕਹਿੰਦਾ ਵੀਰ ਤੁਸੀਂ ਇਸ ਦੀ ਇਸ ਉਸ ਤੇ ਗਾਣੇ ਕੱਢੀ ਜਾਂਦੇ ਹਣਾ ਉਹ ਹੁਣ ਦੇਖੋ ਗੱਲ ਇਹ ਆ ਜੀ ਮਤਲਬ ਕਿ ਸਾਡਾ ਹੁਣ ਜਿਹੜਾ ਕਹਿ ਲਓ ਕਿ ਕਲਚਰ ਜਿਹੜਾ ਉਹ ਇਸੇ ਮੂਡ ਦਾ ਬਣਿਆ ਹੋਇਆ ਹੈ ਨਾ ਇਸੇ ਤਰੀਕੇ ਨਾਲ ਸਾਰਾ ਤੁਸੀਂ ਪੁਰਾਣੇ ਗਾਣੇ ਚੱਕ ਲੋ ਜੇ ਪੁਰਾਣੀਆਂ ਪੰਜਾਬੀ ਫਿਲਮਾਂ ਚੱਕ ਕਰੋ ਚੱਕ ਉਹਨਾਂ ਤੋਂ ਉਹਦੇ ਵਿੱਚ ਥੋੜਾ ਜਿਹਾ ਹੈਵੀ ਹੈਵੀ ਤਾਂ ਹੈ ਇਹ ਥੋੜਾ ਜਿਹਾ ਹਨਾ ਤੇ ਇਸ ਕਰਕੇ ਫਿਰ ਉਦਾਂ ਦੇ ਗਾਣੇ ਬਣਦੇ ਆ ਤੁਹਾਨੂੰ ਪਤਾ ਹੀ ਠੀਕ ਆ ਵੈਸੇ ਤੁਹਾਡੀ ਕੋਈ ਡ੍ਰੀਮ ਟੀਮ ਹੈ ਜ ਜਰਨਾ ਤੁਹਾਨੂੰ ਬਹੁਤ ਕੰਫਰਟੇਬਲ ਲੱਗਦਾ ਹੈ ਕੰਮ ਕਰਨ ਚ ਤੁਸੀਂ ਸੋਚਦੇ ਹੋ ਕਿ ਯਾਰ ਮੇਰੀ ਫਰਸਟ ਪ੍ਰਾਇੋਰਟੀ ਇਹ ਆ ਹਨਾ ਇਹਨਾਂ ਨਾਲ ਮੈਂ ਕੰਮ ਨਹੀਂ ਮੈਂ ਦੇਖੋ ਐਕਚੁਅਲੀ ਨਾ ਗਾਣੇ ਦੇ ਜਨਰ ਤੇ ਡਿਪੈਂਡ ਕਰਦਾ ਹੁੰਦਾ ਹੈ ਮੰਨ ਲਓ ਵੀ ਜਿੱਦਾਂ ਹੁਣ ਗਾਣਾ ਮੰਨ ਲਓ ਹੁਣ ਸਾਡਾ ਜਿਹੜਾ ਇੰਗੇਜਮੈਂਟ ਗਾਣਾ ਹੈ ਉਹ ਜਸੀ ਐਕਸ ਦਾ ਮਿਊਜ਼ਿਕ ਹੈ ਨਾ ਤੇ ਬਾਈ ਖਰੋਂ ਦਾ ਕੰਮ ਵੀ ਉਸ ਜਨਰ ਦਾ ਬਹੁਤ ਵਧੀਆ ਹੈਗਾ ਜਿਹੜਾ ਤੇ ਉਹ 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 ਵਧੀਆ ਆਪਣਾ ਪੂਰੀ ਮਿੱਤਰਤਾ ਬਾਈ ਹਰਾਂ ਨਾਲ ਜਾਂ ਪੂਰਾ ਆਪਾਂ ਆਪਣੇ ਤਰੀਕੇ ਨਾਲ ਕੰਮ ਕਰਾ ਲੈਣਾ ਹਣਾ ਜਿੱਦਾਂ ਹੁਣ ਮੰਨ ਲਓ ਥੋੜਾ ਜਿਵੇਂ ਜਿਵੇਂ ਤਾਕੜ ਬੰਦੇ ਸੀ ਜਾਂ ਜਿਹੜਾ ਅਗਲਾ ਡਿਊਟ ਗਾਣਾ ਉਹ ਲਾਡੀ ਗੇਲ ਨਾਲ ਦੋਨੇ ਲਾਡੀ ਗਲ ਬਾਈ ਨਾਲ ਕੀਤੇ ਹਨਾ ਤੇ ਬਾਈ ਨਾਲ ਵੀ ਬਹੁਤ ਵਧੀਆ ਆਪਣਾ ਕਹਿ ਲਓ ਕਿ ਇੱਕ ਹੁੰਦਾ ਨਾ ਥੋੜਾ ਆਪਸ ਵਿੱਚ ਵਧੀਆ ਜੁੜ ਜਾਂਦਾ ਹਨਾ ਲਿੰਕ ਬਣ ਜਾਂਦਾ ਹਾਂ ਤੇ ਵੀ ਬਾਈ ਮੈਨੂੰ ਸਮਝ ਲੈਂਦਾ ਮੈਂ ਬਾਈ ਦਾ ਫੀਲ ਸਮਝ ਲੈਂਦਾ ਵੀ ਕਿਵੇਂ ਦਾ ਗਾਣਾ ਬਣਾਈ ਹੈ ਹਨਾ ਤੇ ਇਸ ਕਰਕੇ ਬਾਈ ਹਰਾਂ ਨਾਲ ਵੀ ਵਧੀਆ ਹੁਣ ਆਪਣਾ ਹੈਗਾ ਵੀ ਡਿਊਟ ਗਾਣਿਆਂ ਦਾ ਵਧੀਆ ਬਾਈ ਹਰਾਂ ਨਾਲ ਚੱਲਦਾ ਪਿਆ ਹੈ ਤੇ ਬਾਕੀ ਡਿਪੈਂਡ ਕਰਦਾ ਹੁੰਦਾ ਵੀ ਗਾਣੇ ਦੇ ਜਨਰ ਦੇ ਹਿਸਾਬ ਨਾਲ ਫਿਰ ਜਿਉਂ-ਜਿਉਂ ਦੇ ਹਿਸਾਬ ਨਾਲ ਚੱਲਦਾ ਕੰਮ ਫਿਰ ਤੇ ਗਾਣਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਸੇ ਕੋਲ ਲੈ ਕੇ ਜਾਂਦੇ ਹਾਂ ਜਿੱਦਾਂ ਫੀਡਬੈਕ ਬਹੁਤ ਮੈਟਰ ਕਰਦਾ ਹੈ ਕਿ ਹਰ ਹਾਂ ਇਹ ਬੰਦਾ ਜੈਨੂਨ ਫੀਡਬੈਕ ਦੇਏਗਾ ਤੇ ਉਹ ਮੈਂ ਚੇਂਜ ਵੀ ਕਰਵਾ ਸਕਦਾ ਹਾਂ ਗਾਣੇ 'ਚ ਨਹੀਂ ਉਹਦੇ 'ਚ ਨਾ ਮੈਂ ਜਿੰਨੇ ਵੀ ਸਾਡਾ ਸਰਕਲ ਹੈਗਾ ਯਾਰਾਂ ਦੋਸਤਾਂ ਦਾ ਮੈਂ ਸਾਰਿਆਂ ਨੂੰ ਆਪਣਾ ਗਾਣਾ ਇੱਕ ਵਾਰੀ ਮੰਨ ਲਓ ਹਰਮੋਨੀ ਤੇ ਗਾ ਕੇ ਜਾਂ ਡੰਮੀ ਸਟੂਡੀਓ ਕਰਕੇ ਕਰੀ ਭੇਜ ਦੇਣਾ ਹੁੰਦਾ ਵੀ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਤਾਂ ਹੀ ਆਪਾਂ ਇਸ ਤੇ ਅੱਗੇ ਵਰਕ ਕਰਾਂਗੇ ਜੇ ਨਹੀਂ ਚੰਗਾ ਲੱਗਦਾ ਤਾਂ ਫਿਰ ਨਹੀਂ ਕਰਾਂਗੇ ਨਾ ਤੇ ਉਹ ਜਿਹੜੇ ਸਾਡੇ 5-7 ਬੰਦੇ ਦਾ ਸਰਕਲ ਹੈਗਾ ਆ ਉਹਨਾਂ ਨੂੰ ਭੇਜਦੇ ਨੇ ਹੁੰਨੇ ਆ ਜੇ ਉਧਰੋਂ ਰਿਸਪੌਂਸ ਵਧੀਆ ਹੁੰਦਾ ਤਾਂ ਫਿਰ ਆਪਾਂ ਅੱਗੇ ਉਹਨੂੰ ਸ਼ੁਰੂ ਕਰ ਲੈਨੇ ਹਾਂ ਠੀਕ ਆ ਇੰਗੇਜਮੈਂਟ ਤੋਂ ਬਾਅਦ ਫਿਰ ਹੋਰ ਕਿਹੜੇ-ਕਿਹੜੇ ਪ੍ਰੋਜੈਕਟਸ ਆ ਰਹੇ ਨੇ ਬਿਲਕੁਲ ਜੀ ਇੰਗੇਜਮੈਂਟ ਪਹਿਲਾਂ ਆ ਰਿਹਾ ਜੀ ਉਸ ਤੋਂ ਬਾਅਦ ਫਿਰ ਛੜਾ ਜਿਹੜਾ ਡੋਹਿਟ ਗਾਣਾ ਬਣਿਆ ਹੈ ਗੁਰਲੇਜ ਅਕਤਰ मैम ਨਾਲ ਮਟ ਸ਼ਿਰਵਾਲ ਦਾ ਲਿਖਿਆ ਹੋਇਆ ਗਾਣਾ ਤੇ 뮤직 ਲਾਡੀਗਲ ਬਾਈ ਹੋ ਰਿਹਾ ਹੁੰਦਾ ਆ ਤੇ ਉਹ ਗਾਣਾ ਸੀ ਰਿਲੀਜ਼ ਕਰਨ ਜਾ ਰਹੇ ਆ ਵੈਸੇ ਕੋਸ਼ਿਸ਼ ਤਾਂ ਉਹਦੀ ਹੋਊਗੀ ਕਿ 22 ਦਸੰਬਰ ਤੱਕ ਉਹ ਗਾਣਾ ਰਿਲੀਜ਼ ਕਰ ਦਈਏ ਤੇ ਨਹੀਂ ਫਿਰ ਉਹ ਥੋੜਾ ਜਿਹਾ ਅੱਗੇ ਚੱਲ ਜਾਊਗਾ ਬਟ ਬਾਕੀ ਕੋਸ਼ਿਸ਼ ਹੋਗੀ ਔਰ ਇੱਕ ਗਾਣਾ ਸਾਡਾ ਹੋਰ ਬਣਿਆ ਪਿਆ ਜੀ ਉਹ ਗਾਣਾ ਮੈਂ ਜਦੋਂ ਲਾਸਟ ਈਅਰ ਕੈਨੇਡਾ ਕੇ ਸੀ ਤੇ ਉਦੋਂ ਟੋਰਾਂਟੋ ਸ਼ੂਟ ਕੀਤਾ ਸੀ ਗਾਣਾ ਉਹ ਤੇ ਉਹ ਗਾਣਾ ਵੀ ਬਿਲਕੁਲ ਰੈਡੀ ਹੈ ਤੇ ਬਸ ਉਹਦਾ ਵੀ ਉਹਦਾ ਵੀ ਉਹ ਐਕਚੁਅਲੀ ਵੀਡੀਓ ਐਡਿਟ ਹੋ ਰਿਹਾ ਜੀ ਉਹਦਾ ਆਡੀਓ ਰੈਡੀ ਹੈ ਉਹਦਾ ਵੀਡੀਓ ਐਡਿਟ ਹੋ ਰਿਹਾ ਤੇ ਉਹ ਗਾਣਾ ਉਸ ਤੋਂ ਬਾਅਦ ਕਰਨਾ ਹੈ ਤੇ ਇੱਕ ਗਾਣਾ ਸਾਡਾ ਦੋ ਗਾਣੇ ਹੋਰ ਆਡੀਓ ਬਣੇ ਪਏ ਆ ਮਤਲਬ ਕਿ ਆਡੀਓ ਕਹ ਲਓ ਕਿ ਉਹ ਗਾਣੇ ਡਨ ਹੋਏ ਪਏ ਆ ਬਸ ਉਹਨਾਂ ਦੇ ਵੀਡੀਓ ਸ਼ੂਟ ਕਰਨੇ ਆ ਜਦੋਂ ਟਾਈਮ ਲੱਗੂਆ ਫਿਰ ਉਹ ਸ਼ੂਟ ਕਰਕੇ ਸਾਰਿਆਂ ਨੂੰ ਲਾਕਡਾਊਨ ਦੇ ਸਿੰਗਰਸ ਲਈ ਤਾਂ ਪੋਜ਼ਿਟਿਵ ਇਫੈਕਟ ਦੇਖਿਆ ਕਿਉਂਕਿ ਸਾਰੇ ਨੇ ਇਹੀ ਕਿਹਾ ਕਿ ਸੀ ਮਿਊਜ਼ਿਕ ਲਈ ਬਹੁਤ ਕੰਮ ਕੀਤਾ ਹਨਾ ਬਟ ਨੈਗੇਟਿਵ ਇਫੈਕਟ ਕੀ ਪਿਆ ਤੁਹਾਨੂੰ ਲੱਗਾ ਕਿ ਯਾਰ ਇਹ ਜ਼ਿਆਦਾ ਖਰਾਬ ਹੋ ਗਿਆ ਲਾਕਡਾਊਨ ਕਰਕੇ ਨਹੀਂ ਉਹ ਦੇਖੋ ਮਤਲਬ ਕਿ ਲਾਕਡਾਊਨ ਕਰਕੇ ਹੈ ਤਾਂ ਸਾਰਿਆਂ ਨਾਲ ਹੀ ਹੈ ਜੋ ਸਾਰਾ ਕੁਝ ਜੋ ਵਰਤਾਰਾ ਇਹ ਹੋਇਆ ਹਨਾ ਸਾਰਿਆਂ ਨਾਲ ਹੀ ਆ ਆਪਣੇ ਇਕੱਲੇ ਨਾਲ ਨਹੀਂ ਹੋਇਆ ਹਨਾ ਕਿਉਂਕਿ ਦੇਖੋ ਮੰ ਘਰੇ ਕੰਮ ਤੇ ਨੇ ਇਫੈਕਟ ਕੀਤਾ ਨਾ bizness ਤੇ ਇਫੈਕਟ ਕੀਤਾ ਕੋਈ ਭਾਵੇਂ ਕੋਈ ਕਿਸੇ ਦੀ ਦੁਕਾਨਦਾਰੀ ਹੈ ਕਿਸੇ ਦੀ ਕੋਈ ਕਾਰਖਾਨੇ ਨੇ ਕੋਈ ਮਿਲਸ ਨੇ ਕਿਸੇ ਦੀ ਕੋਈ ਬੱਸਾਂ ਪਾਈਆਂ ਕਿਸੇ ਨੇ ਕੋਈ ਟਰੱਕ ਪਾਇਆ ਕਿਸੇ ਨੇ ਕੋਈ ਕਾਰਾਂ ਪਾਈਆਂ ਜੇ ਮੰਨ ਲਓ ਸਾਡਾ ਸ਼ੋਜ਼ ਵਾਲਾ ਕੰਮ ਸੀ ਨਾ ਖਾੜਿਆਂ ਵਾਲਾ ਕੰਮ ਸੀ ਟੂਰਸ ਵਾਲਾ ਕੰਮ ਸੀ ਸੋ ਨੇ ਇਫੈਕਟ ਤਾਂ ਕੀਤਾ ਉਸ ਸੀਜ਼ਨ ਨੇ ਬਾਕੀ ਉਹ ਚਲੋ ਹੁਣ ਜੋ ਹੋ ਗਿਆ ਹੋ ਗਿਆ ਠੀਕ ਹੈ ਇੰਗੇਜਮੈਂਟ ਦੀਆਂ ਦੋ ਲਾਈਨਸ ਤੁਸੀਂ ਸੁਣਾ ਪਾਓ ਰਿਲੀਜ਼ ਬਿਲਕੁਲ ਜੀ ਬਿਲਕੁਲ ਨਹੀਂ ਮੈਂ ਹਾਂ ਦੋ ਕ ਲਾਈਨਾਂ ਜ਼ਰੂਰ ਤੁਹਾਨੂੰ ਸੁਣਾਉਣਾ ਆਦੀਆਂ ਹੂੰ ਹਉ ਪਹਿਲਾਂ ਮੇਰਾ ਕਿੰਨਾ ਸੇਖਿਆਲ ਰੱਖਦਾ ਹਉ ਦੂਰ ਪਾਵੇਂ ਹੁੰਦਾ ਤਾਂ ਵੀ ਨਾਲ ਰੱਖਦਾ ਹੁਣ ਜਦੋਂ ਗੱਲਾਂ ਸਭ ਲੋਟ ਆ ਗਈਆਂ ਬਦਲੀ ਟੁਕਾ ਤੋਂ ਚਾਲ ਟੜ ਰੱਖਦਾ ਪੱਕੀ ਹੁਣ ਹੋ ਗਈਆਂ ਮੈਂ ਤੇਰੀ ਮੱਖਣਾ ਪਹਿਲਾਂ ਵਾਂਗ ਮੇਰੀ ਕਿਉਂ ਨਹੀਂ ਆਉਂਦੀ ਯਾਦ ਵੇ ਮੇਨੋਂ ਖੁਕ ਦੀ ਸੁਣਾਈ ਬਿਲਕੁਲ 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 ਚਲੋ ਸਾਡੇ ਵੱਲੋਂ ਬਹੁਤ ਸਾਰੀਆਂ ਵੈਸਟ ਵਿਸ਼ਸ ਤੇ ਸਟੂਡੀਓ ਨੂੰ थैंक यू थैंक यू ਮਿਹਰਬਾਨੀ ਬਹੁਤ ਬਹੁਤ ਥੋੜਾ ਸਾਰਾ ਬਹੁਤ ਬਹੁਤ ਧੰਨਵਾਦ थैंक यू so much ਬਾਏ <laughs>